ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਅਸੀਂ ਅੱਜ ਪਹੁੰਚੇ ਹੋਏ ਹਾਂ ਲੁਧਿਆਣਾ, ਲੁਧਿਆਣੇ ਪਹੁੰਚੇ ਹੋਏ ਹਾਂ ਬਾਈ ਸੁਖਪ੍ਰੀਤ ਸਿੰਘ ਆਰਟਿਸਟ ਹੋਣਾ ਕੋਲੇ। ਜਿਹੜੇ ਆਪਣੇ ਚੈਨਲ ਨਾਲ ਜੁੜੇ ਹੋਏ ਉਹ ਜਾਣਦੇ ਆ ਕਿ ਇੱਕ ਵਾਰੀ ਲਾਹੌਰ ਦਰਬਾਰ ਦੀ ਇੱਕ ਪੇਂਟਿੰਗ ਬਣਾਈ ਸੀ ਬਾਈ ਹੋਣਾ ਨੇ, ਆਪਾਂ ਉਹ ਵੀਡੀਓ ਬਣਾਈ ਸੀ। ਫਿਰ ਉਦੋਂ ਬਾਅਦ ਦਿੱਲੀ ਮੋਰਚੇ ਦੀ ਵੀਡੀਓ ਸੀ, ਆਪਾਂ ਉਹ ਵੀ ਸ਼ੂਟ ਕੀਤੀ ਸੀ ਬਾਈ ਹੋਣਾ ਕੋਲੇ। ਬਾਈ ਸੁਖਪ੍ਰੀਤ ਸਿੰਘ ਆਰਟਿਸਟ ਪੁਰਾਣੇ ਘੁਮੱਕੜ ਨੇ, ਦੁਨੀਆ ਘੁੰਮੀ ਹੋਈ ਹੈ ਇਹਨਾਂ ਨੇ, ਅਤੇ ਇਹ ਉਹ ਘੁਮੱਕੜ ਨੇ ਜਿਨ੍ਹਾਂ ਨੇ ਬੁਰਸ਼ ਚਲਾ ਕੇ ਅਮਰੀਕਾ ਦਾ ਵੀਜ਼ਾ ਲੈ ਲਿਆ ਸੀ ਅਤੇ ਸਾਰੇ ਦੁਨੀਆ ਦੇ ਵਿੱਚ ਜਾਂਦੇ ਆ ਅਤੇ ਐਗਜ਼ੀਬਿਸ਼ਨ ਲਾਉਂਦੇ ਆ, ਆਪਣੀ ਪ੍ਰਦਰਸ਼ਨੀ ਲਾਉਂਦੇ ਆ। ਹੁਣ ਇਹਨਾਂ ਨੇ ਕੁਛ ਹੋਰ ਪੇਂਟਿੰਗ ਬਣਾਈਆਂ ਹੋਈਆਂ ਨੇ ਸਿੱਧੂ ਮੂਸੇਵਾਲੇ ਦੀਆਂ, ਅਤੇ ਆਪਾਂ ਉਹ ਦੇਖਦੇ ਹਾਂ, ਨਾਲੇ ਗੱਲਾਂ ਬਾਤਾਂ ਕਰਦੇ ਹਾਂ ਬਾਈ ਹੋਣਾ ਨਾਲ। ਠੀਕ ਹੈ, ਆਹ ਬਾਈ ਹੋਣਾ ਦੀ ਆਰਟ ਗੈਲਰੀ ਕਹਿ ਲਓ, ਅਤੇ ਜਾਂ ਇੱਥੇ ਕਹਿ ਕੇ ਬਹਿ ਕੇ ਉਹ ਆਪਦਾ ਕੰਮ ਕਰਦੇ ਆ। ਉਹ ਦਿੱਲੀ ਕਿਸਾਨ ਮੋਰਚੇ ਦੀ ਸਾਰੀ ਪੇਂਟਿੰਗ ਆ ਜਿਹੜੀ ਇਹਨਾਂ ਨੇ ਪਹਿਲਾਂ ਦੇਖੀ ਸੀ ਆਪਾਂ। ਤੁਹਾਨੂੰ ਪਤਾ ਬਾਈ ਜੀ ਵੀ ਸਿੱਧੂ ਮੂਸੇਵਾਲੇ ਬਾਈ ਨਾਲ ਜਿੱਦਾਂ ਜਿਹੜੀ ਗੱਲ ਵੀ ਘਟਨਾ ਹੋਈ ਹੈ, ਹੈ ਨਾ, ਅਤੇ ਇਹ ਤਸਵੀਰ ਮੈਂ ਇਹ ਦਿਖਾਈ ਆ ਵੀ ਜਦੋਂ ਹੁਣ ਦਾ ਜਿਹੜਾ ਚਿਹਰਾ ਸੀ ਨਾ ਉਹਦਾ, ਵੀ ਜਦੋਂ ਉਹ ਥੋੜ੍ਹਾ ਜਿਹਾ ਏਜ ਉਹਦੀ ਹੋ ਗਈ ਸੀ ਅਤੇ ਉਹਦਾ ਥੋੜ੍ਹਾ ਮੁੱਛਾਂ ਭਾਰੀਆਂ ਹੋ ਗਈਆਂ ਸੀ ਅਤੇ ਵਿਆਹ ਦਾ ਟਾਈਮ ਜਿਹਾ ਆ ਗਿਆ ਸੀਗਾ, ਅਤੇ ਬਾਈ ਦਾ ਜਿਵੇਂ ਦੱਸਦੇ ਨੇ ਵੀ ਇਸ ਟਰੈਕਟਰ ਨਾਲ ਬਹੁਤ ਪਿਆਰ ਸੀਗਾ। ਹਾਂਜੀ, ਅਤੇ ਤੁਸੀਂ ਦੇਖੋ ਵੀ ਇਹ ਟਰੈਕਟਰ ਦੇ ਜਿਹੜੇ ਕਲਰ ਨੇ ਰਸਟ ਅਤੇ ਔਰੇਂਜ, ਹੈ ਨਾ, ਬਿਲਕੁਲ ਉਹੀ ਕਲਰ ਮੈਂ ਉਹਦੀ ਪੱਗ 'ਚ ਅਤੇ ਉਹਦੇ ਚਿਹਰੇ 'ਚ ਲਾਏ ਨੇ। ਜਿਵੇਂ ਆਪਾਂ ਕਹਿੰਦੇ ਰਾਂਝਾ ਰਾਂਝਾ ਕਰਦੀ, ਜਿਵੇਂ ਆਪੇ ਰਾਂਝਾ ਹੋਈ, ਕਈ ਵਾਰੀ ਆਪਾਂ ਕਿਸੇ ਚੀਜ਼ ਨੂੰ ਇੰਨਾ ਅਤੇ ਉਹ ਪਿਆਰ ਕਰਨ ਲੱਗ ਜਾਂਦੇ, ਆਪਾਂ ਉਹਦਾ ਰੂਪ ਹੋ ਜਾਂਦੇ ਹਾਂ। ਸੋ ਮੈਨੂੰ ਟਰੈਕਟਰ ਦਾ ਇੱਕ ਰੂਪ ਦਿਖਾਇਆ, ਤੁਸੀਂ ਗੱਲਾਂ ਦੇ ਕਲਰ 'ਤੇ ਹੋ ਸਾਰਾ ਦੇਖੋ, ਤੁਹਾਨੂੰ ਇਹੀ ਟੋਨ ਵਾਪਸ ਆਊਗੀ ਇੱਥੇ। ਜਿੱਥੇ ਜਿਵੇਂ ਉਹ ਕਹਿ ਰਿਹਾ ਹੋਵੇ ਵੀ ਨੰਬਰ 1 ਟਰੈਕਟਰ ਬਾਈ ਆਹ, ਹੈ ਨਾ, ਚਲੋ ਆਪਾਂ ਕਹਿ ਐਂ ਨਹੀਂ ਕਹਿੰਦੇ, ਜਾਂ ਉਹਦਾ ਸਟਾਈਲ ਸੀ ਇਹ, ਠੀਕ ਆ। ਅਤੇ ਇੱਥੇ ਬਾਈ ਜਿਵੇਂ ਉਹਦੇ ਟੈਟੂ ਸੀਗੇ ਬਾਈ ਦੇ, ਉਵੇਂ ਬਣਾਏ ਨੇ। ਅਤੇ ਇਹ ਏਜ ਸੀ ਵੀ ਜਦੋਂ ਉਹ ਸਾਰੇ ਕੰਮ ਨਿਬੇੜ ਚੁੱਕਿਆ ਸੀ, ਸਕਸੈਸਫੁਲ ਪੂਰਾ ਐਨ ਸਾਰਾ ਛਾ ਚੁੱਕਿਆ ਸੀ। ਹੁਣ ਬਾਈ ਆਪਦੀ ਜ਼ਿੰਦਗੀ ਦੇ ਜਿਵੇਂ ਕਹੀਏ ਵੀ ਜਿਹੜੀ ਵੀ ਉਹਦੀ ਮਨ ਖਾਹਿਸ਼ ਹੁੰਦੀ ਸੀ ਉਹ ਚੀਜ਼ ਪੂਰੀ ਕਰ ਰਿਹਾ ਸੀ, ਇਹ ਵਿਆਹ ਦੀ ਅਜੇ ਹੁਣ ਦਾ ਚਿਹਰਾ ਸੀ, ਠੀਕ ਹੈ ਜੀ। ਸੋ ਇਹ ਜਿਹੜਾ ਮੈਂ ਇੱਥੇ ਧੂੰਆਂ ਦਿਖਾਇਆ ਨਾ, ਇਹ ਪੰਜਾਬ ਦਾ ਮੈਪ ਆ ਧੂੰਏ ਦੇ ਵਿੱਚ। ਹਾਂ, ਇਹਦੇ ਵਿੱਚ ਮੈਂ ਟੋਚਨ ਲਿਖਿਆ। ਹਾਂਜੀ, ਟੋਚਨ ਦਾ ਕਾਰਨ ਇਹ, ਆਮ ਤੌਰ 'ਤੇ ਇਹਦਾ ਗੀਤ ਆਇਆ ਸੀ ਟੋਚਨ, ਪਰ ਅਸਲ 'ਚ ਪੰਜਾਬ ਦਾ ਜਿਹੜਾ ਪੈਸਟੀਸਾਈਡ ਪੋਲਿਊਸ਼ਨ ਜਾਂ ਭਰਾ ਮਾਰੂ ਜੰਗ ਜਿਹੜੀ ਚੱਲ ਪਈ, ਟੋਚਨ ਉਹਨੂੰ ਪਾਉਣ ਦੀ ਲੋੜ ਆ। ਬਿਲਕੁਲ ਜੀ, ਵੀ ਜਿਹੜਾ ਟੋਚਨ ਹੈ ਪੰਜਾਬ ਨੂੰ, ਪੰਜਾਬ ਦੇ ਵਿੱਚ ਜਿਹੜੀ ਚੀਜ਼ਾਂ ਗਲਤ ਹੋ ਗਈਆਂ ਜਿਹੜੀਆਂ ਆਪਾਂ ਕਹਿੰਦੇ ਹਾਂ ਵੀ ਨਹੀਂ ਇੱਦਾਂ ਨਹੀਂ ਹੋਣਾ ਚਾਹੀਦਾ ਸੀ, ਉਹਨੂੰ ਟੋਚ, ਤਾਂ ਹੀ ਮੈਂ ਸਮੋਕ ਦਿਖਾਇਆ, ਹੈ ਨਾ, ਜਿਵੇਂ ਤੁਸੀਂ ਬਈ ਨੂੰ ਪੋਲਿਊਸ਼ਨ ਦਿਖਾਇਆ। ਹਾਂ ਜੀ, ਪੋਲਿਊਸ਼ਨ, ਪੋਲਿਊਸ਼ਨ ਵੀ ਪੈਸਟੀਸਾਈਡ ਵੀ ਸਾਰਾ ਰਲਾ ਕੇ ਜਿਹੜੀ ਵੀ ਚੀਜ਼ ਆਪਾਂ ਗਲਤ ਹੋ ਜਾਂਦੀ ਉਹ ਬਾਅਦ 'ਚ ਬਲੈਕ 'ਚ ਹੋ ਜਾਂਦੀ ਆ, ਬਲੈਕ ਸਮੋਕ ਹੋ ਜਾਂਦਾ ਉਹਦਾ। ਅਤੇ ਇੱਕ ਤਰ੍ਹਾਂ ਨਾਲ ਇਹ ਮੈਪ ਕਾਲ, ਜਿਵੇਂ ਆਪਾਂ ਕਹਿ ਦਿੰਦੇ ਹਾਂ ਸਾਡੇ 'ਤੇ ਕਾਲੇ ਕਾਲੇ ਸਾਏ ਦਾ ਬੱਦਲ ਹੈ ਕਿਸੇ ਸੂਬੇ 'ਤੇ ਜਾਂ ਕਿਸੇ ਚੀਜ਼ 'ਤੇ, ਵੀ ਭਰਾ ਮਾਰੂ ਜੰਗ ਆ ਜਿਹੜੀ, ਹੈ ਨਾ, ਜਾਂ ਜਿੱਦਾਂ ਦੀ ਵੀ ਕੋਈ ਗੱਲ ਆ ਵੀ ਆਪਾਂ ਇਸ ਚੀਜ਼ ਨੂੰ ਚਾਹੁੰਦੇ ਹਾਂ ਵੀ ਇਹ ਸਾਰਾ ਕੁਛ ਵੀ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋਵੇ, ਹੈ ਨਾ। ਅਤੇ ਜਿਹੜੀ ਆਹ ਚਿੱਤਰ ਆ, ਇਹ ਮੇਰਾ ਥੋੜ੍ਹਾ ਜਿਹਾ ਮੈਨੂੰ ਥੋੜ੍ਹਾ ਵਧੀਆ ਵੱਖਰਾ ਲੱਗਿਆ। ਇਹਦੇ 'ਚ ਮੈਂ ਦਿਖਾਇਆ ਵੀ ਜਦੋਂ ਨਾ ਬੱਚਾ ਸਕੂਲ ਡਰੈਸ 'ਚ ਹੁੰਦਾ ਨਾ, ਉਹ ਨਾਭੀ ਪੱਗ ਅਤੇ ਸਕਾਈ ਬਲੂ ਸਕੂਲਾਂ ਦੀ ਡਰੈਸ ਹੁੰਦੀ ਆ ਪਲੱਸ ਟੂ ਵਾਲੀ, ਉਹ ਕਰਕੇ ਜਦੋਂ ਨਿਕਲਦਾ ਹੀ ਆ ਨਾ ਕਾਲਜ ਜਾਂਦਾ, ਉਹ ਕਦੇ ਕਦੇ ਸਕੂਲ ਡਰੈਸ ਵੀ ਵਰਤੀ ਜਾਂਦਾ ਹੁੰਦਾ, ਕਦੇ ਕਦੇ ਕਾਲਜ ਵਾਲੀ ਵੀ। ਇਹਦੇ 'ਚ ਮੈਂ ਬਾਈ ਨੂੰ ਦਿਖਾਇਆ ਵੀ ਬਾਈ ਨਾ ਯੰਗ ਆ, ਨਵੀਂ ਨਵੀਂ ਮੁੱਛਗੁੰਡੀ ਕਰਨ ਲੱਗਿਆ। ਇਹ ਉਹਦਾ ਉਦੋਂ ਦਾ ਚਿਹਰਾ ਜਦੋਂ ਇਹਦਾ ਪਹਿਲਾ ਹੀ ਗੀਤ ਆ ਕੇ, ਜਦੋਂ ਇਹਨੂੰ ਵੀ ਇਹ ਲੱਗਿਆ ਵੀ ਮੈਂ ਹਿੱਟ ਹਾਂ ਯਾਰ, ਵਾਕਈ ਮੈਂ ਫੇਸ ਇਨ ਦਾ ਕਰਾਊਡ ਹਾਂ। ਇਹਦੇ ਵਿੱਚ ਤੁਸੀਂ ਦੇਖੋ ਮੈਂ ਜੀ ਐਨ ਈ ਵੀ ਲਿਖਿਆ ਉਹਦਾ ਕਾਲਜ ਦਾ ਨਾਮ ਜੇਬ 'ਤੇ, ਹਰ ਬੰਦੇ ਨੂੰ ਹੁੰਦਾ ਨਾ ਮੈਂ ਫਲਾਣੇ ਕਾਲਜ ਪੜ੍ਹਿਆ ਬਾਈ, ਹੈ ਨਾ। ਅਤੇ ਇਹਦੇ 'ਚ ਦੇਖੋ ਮੈਂ ਇਹਦੇ ਐਕਸ਼ਨ ਦਿਖਾਏ ਆ ਦੋ, ਇੱਕ ਆਹ ਐਕਸ਼ਨ ਬਾਈ ਕਰਦਾ ਹੁੰਦਾ ਸੀ ਆਏ ਵਾਲਾ, ਇੱਕ ਇੱਧਰ ਐਕਸ਼ਨ ਉਂਗਲ ਜੀ ਖੜੀ ਕਰਕੇ ਆ ਮਾਈਕ, ਹੈ ਨਾ, ਫਿਰ ਮੋਢੇ 'ਤੇ ਬੇਬੇ ਅਤੇ ਬਾਪੂ, ਵੀ ਉਹਨਾਂ ਦਾ ਬੰਦੇ ਦੇ ਸ਼ੋਲਡਰਾਂ 'ਤੇ ਆ ਹੁੰਦਾ ਨਾ ਜ਼ੋਰ, ਲੱਗਦਾ ਮੇਰੇ ਮਗਰ ਮੇਰੇ ਬਾਈ ਬੇਬੇ ਦੇ ਬਾਪੂ ਆ, ਹੈ ਨਾ, ਬੇਬੇ ਬਾਪੂ। ਫਿਰ ਬਾਈ ਦਾ ਜ਼ਿਲ੍ਹਾ ਮਾਨਸਾ ਜਿਹੜਾ ਉਹਨੇ ਮਸ਼ਹੂਰ ਕੀਤਾ, ਫਿਰ ਇੱਕ ਮਿੱਠੀਏ ਸ਼ਬਦ ਬਹੁਤ ਵਰਤਦਾ ਸੀ, ਉਹ ਮੈਨੂੰ ਬੜਾ ਵਧੀਆ ਲੱਗਦਾ ਸੀ, ਮੇਰਾ ਘਰ ਦਾ ਨਾਮ ਮਿੱਠੂ ਮਿੱਠੂ ਆ, ਮਿੱਠੀਏ। ਫਿਰ ਮੈਂ ਮੂਸਾ ਪਿੰਡ ਲਿਖਿਆ, ਠੀਕ ਆ। ਉਹ ਤੋਂ ਬਾਅਦ ਆਪਾਂ ਕਹਿੰਦੇ ਹਾਂ ਵੀ ਉਹਨੇ ਇੱਕ ਪਿੱਛੇ ਜਿਹੇ ਇੱਕ ਲਾਈਨ ਲਿਖੀ ਜਿਹ 'ਚ ਨੀ ਡੂੰਘਾਈ ਸੀ ਵੀ ਚੋਪਰ ਦੇ ਚਿਹਰੇ 'ਤੇ ਨੂਰ ਦੱਸਦਾ, ਉੱਠੂਗਾ ਜਵਾਨੀ 'ਚ ਜਨਾਜਾ ਵਲੀ ਮਿੱਠੀਏ, ਹੈ ਨਾ। ਇਹ ਬੜੀ ਡੂੰਘੀ ਗੱਲ ਸੀ, ਕੋਈ ਵਿਅਕਤੀ ਕੋਈ ਸਾਧ ਮਹਾਂਪੁਰਸ਼ ਬ੍ਰਹਮ ਗਿਆਨੀ ਆਪਾਂ ਕਹਿੰਦੇ ਹਾਂ ਅਗਾਊਂ ਦੱਸਦੇ ਆ ਵੀ ਮੇਰੇ ਨਾਲ ਐਂ ਹੋ ਸਕਦਾ, ਪਰ ਇਹ ਜਿਹੜੀ ਬੋਲਿਆ ਮੈਨੂੰ ਬੜਾ ਹੈਰਾਨੀ ਹੋਈ। ਫਿਰ ਜਿਵੇਂ ਇਹਦਾ ਨਾਮ ਸਿੱਧੂ ਮਸ਼ਹੂਰ ਸੀ, ਸਿੱਧੂ ਲਿਖਤਾ, ਇੱਧਰ ਸ਼ੁਭ ਲਿਖਤਾ। ਅੱਛਾ, ਫਿਰ ਮੈਂ ਲਿਖਿਆ ਵੀ ਕੋਈ ਵੀ ਬੰਦਾ ਜਦੋਂ ਤਰੱਕੀ ਕਰਦਾ ਨਾ ਉਹ ਫਿਰ ਘਰੋਂ ਨਿਕਲਦਾ, ਵੀ ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ। ਉਹ ਗੱਲ ਸਹੀ ਵੀ ਸੀ ਵੀ ਘਰੇ ਬਹਿ ਕੇ ਗੱਲਾਂ ਨਹੀਂ ਵੱਜਦੀਆਂ, ਬੰਦੇ ਨੇ ਹਿੰਮਤ ਕੀਤੀ, ਹੈ ਨਾ, ਬਿਲਕੁਲ ਛਾ ਗਿਆ। ਅਤੇ ਉਸ ਤੋਂ ਬਾਅਦ ਐਂਡ 'ਚ ਹੁਣ ਤੁਸੀਂ ਦੇਖੋ ਅੱਖਾਂ 'ਚ ਉਦਾਸੀ ਆ, ਕਿਉਂਕਿ ਜਦੋਂ ਮੈਂ ਪੇਂਟ ਕਰ ਰਿਹਾ ਸੀ ਮੈਂ ਵੀ ਉਦਾਸ ਸੀ। ਇੱਥੇ ਜਿਹੜੀ ਅੱਖਾਂ 'ਚ ਉਦਾਸੀ ਆ ਉਹਦੇ 'ਚ ਆਪਾਂ ਇਸ ਗੀਤ ਨੂੰ ਜੋੜਦੇ ਹਾਂ, ਚੰਗਾ ਭਲਾ ਹੱਸਦਾ ਸੀ ਮੌਨਕਾਸ਼ ਤੋਂ, ਹੈ ਨਾ। ਸੋ ਇਹ ਬਟਿਆਂ ਵਾਲੀ ਪੱਗ ਬਾਈ ਜੀ, ਛੋਟੀ ਜਿਹੀ ਕੁੰਡੀ ਮੁੱਛ, ਚੜ੍ਹਦੀ ਜੀ ਉਮਰ, ਹੈ ਨਾ। ਸੋ ਇਹ ਇੱਕ ਸਕੂਲ ਬੋਏ ਜਦੋਂ ਕਾਲਜ ਵੱਲ ਨੂੰ ਜਾਂਦਾ ਅਤੇ ਤਰੱਕੀ ਦੀ ਪਹਿਲੀ ਲਾਂਘ ਪੱਟ ਲੈਂਦਾ, ਜਦੋਂ ਉਹਨੂੰ ਲੱਗਣ ਲੱਗ ਜਾਂਦਾ ਬਈ ਆਪਾਂ
ਹਰ ਤਰੀਕਾ ਦੱਸਣ ਦਾ, ਕੋਈ ਕਿਵੇਂ ਇਹਦੇ ਬਾਰੇ ਵੀਡੀਓ ਬਾਈ ਬਾਰੇ ਦੱਸਦੇ ਨੇ, ਕੋਈ ਗੀਤ ਗਾਉਂਦਾ, ਕੋਈ ਕਿਵੇਂ, ਅਤੇ ਮੈਨੂੰ ਤਾਂ ਰੰਗਾਂ ਨਾਲ ਹੀ ਮੈਂ ਦੱਸਣਾ ਸੀਗਾ। ਸੋ ਇੱਕ ਰੰਗਾਂ ਦੀ ਕਹਿ ਲਓ ਟ੍ਰਿਬਿਊਟ ਹੈ ਇੱਕ ਰੰਗਾਂ ਦਾ, ਠੀਕ ਹੈ ਜੀ ਜੀ। ਸੋ ਠੀਕ ਹੈ ਬਾਈ ਜੀ, ਤੁਸੀਂ ਆਏ ਅਤੇ ਇਸ ਆਰਟ ਨੂੰ ਕੈਪਚਰ ਕੀਤਾ। ਬਾਕੀ ਨਾ ਵੱਡੀ ਗੱਲ ਬਾਈ ਸੁਖਪ੍ਰੀਤ, ਉਹ ਵੀ ਆ ਨਾ ਵੀ ਸਿੱਧੂ ਮੂਸੇਵਾਲ ਨੂੰ ਇਸ ਗੱਲ ਕਰਕੇ ਵੀ ਚੇਤੇ ਕੀਤਾ ਜਾਂਦਾ ਵੀ ਬੰਦੇ ਨੇ ਤਰੱਕੀ ਕਰਨ ਤੋਂ ਬਾਅਦ ਪਿੰਡ 'ਚ ਰਿਹਾ, ਹਾਂ ਆਪਣਾ ਪਿੰਡ ਦਾ ਪਿਆਰ ਨਹੀਂ ਛੱਡਿਆ, ਹੈ ਨਾ, ਜਿਵੇਂ ਖੇਤੀਬਾੜੀ ਨਾਲ ਜੁੜਿਆ ਬੰਦਾ, ਬਿਲਕੁਲ ਬਿਲਕੁਲ, ਆਮ ਸਧਾਰਨ ਹੈ ਨਾ, ਆਈਡੀਅਲ ਚਿਹਰਾ। ਬਾਕੀ ਮੈਂ ਚਾਹੂੰਗਾ ਇੱਕ ਵਾਰੀ ਨਾ ਬਾਈ ਤੁਸੀਂ ਅੱਖਾਂ ਜ਼ਰੂਰ ਦਿਖਾ ਦਿਓ ਨੇੜੇ ਕਰਕੇ, ਅਤੇ ਇੱਕ ਮੁੱਛ ਵੀ ਦਿਖਾ ਦਿਓ ਨਾਲ, ਠੀਕ ਹੈ ਜੀ। ਤੁਸੀਂ ਕਦੋਂ ਬਣਾਈ ਬਾਈ ਜੀ ਪੇਂਟਿੰਗ? ਬਸ ਬਾਈ ਜੀ ਉਹ ਜਦੋਂ ਡੈਥ ਤੋਂ ਬਾਅਦ, ਆਹ ਜਦੋਂ ਦੋ ਡੇਢ ਦੋ ਮਹੀਨੇ ਪੁਰਾਣੀ ਹੋਣੀ ਗੱਲ, ਉਦੋਂ ਦੀ ਮੈਂ ਬਣਾਈ ਹੈ ਇਹ, ਠੀਕ ਹੈ। ਹਾਂ ਜੀ, ਅਤੇ ਬਸ ਆਹ ਦੋ ਚਿੱਤਰ ਬਣਾਏ ਨੇ ਜੀ, ਤੁਸੀਂ ਆਏ ਜੀ, ਤੁਸੀਂ ਬਹੁਤ ਵਧੀਆ, ਬੜਾ ਵਧੀਆ ਲੱਗਿਆ। ਕਹਿੰਦਾ ਹੁੰਦਾ ਖੁਦ ਨਾਲ ਖੁਦ ਜਿਹਾ ਖਿੱਤਾ ਚੱਕਿਆ, ਬਸ ਇਕੱਲਾ ਚੱਕਿਆ ਨਹੀਂ ਵਾਜਾ ਮਿੱਠੀ, ਮਾਨ ਸਾਹਿਬ ਬਾਈ ਹਰੇਕ ਫੋਟੋ 'ਚ ਨਾਲ ਹੁੰਦਾ। ਹਾਂ ਠੀਕ ਹੈ ਬਾਈ ਸੁਖਪ੍ਰੀਤ, ਠੀਕ ਹੈ ਬਾਈ ਜੀ। ਬਾਈ ਹੋਣਾ ਨਾਲ ਜੇ ਕਿਸੇ ਨੇ ਰਾਬਤਾ ਕਰਨਾ ਹੋਵੇ ਤਾਂ ਬਾਈ ਹੋਣਾ ਦੀ ਆਈਡੀ ਆ, ਫੋਨ ਨਹੀਂ ਰੱਖਦੇ ਬਾਈ ਹੋਣੀ, ਮੋਬਾਈਲ ਫੋਨ ਨਹੀਂ ਹੁੰਦਾ, ਈਮੇਲ ਸਹੀ ਆ sukhart@gmail.com, ਬਸ ਇੰਨਾ ਹੀ ਬਹੁਤ ਹੈ, ਇਹੀ ਮੇਲ ਜੋ ਹੈ, ਈਮੇਲ ਆ, ਮੇਲ ਜੋ ਹੈ। ਆਪਾਂ ਬਾਈ ਜੀ ਜਦੋਂ ਲਾਹੌਰ ਦਰਬਾਰ ਵਾਲੀ ਪੇਂਟਿੰਗ ਦੀ ਵੀਡੀਓ ਬਣਾਈ ਸੀ, ਉਸ ਤੋਂ ਬਾਅਦ ਬਹੁਤਿਆਂ ਨੇ ਸਾਨੂੰ ਸੁਨੇਹੇ ਭੇਜੇ ਸੀ ਵੀ ਪੇਂਟਿੰਗ ਕਿਵੇਂ ਮਿਲੂ, ਕਿੱਥੇ ਮਿਲੂ, ਤੁਹਾਡੀ ਮੈਂ ਮੇਲ ਦਿੰਦਾ ਰਿਹਾ ਮੇਲ। ਹਾਂ ਜੀ, ਈਮੇਲ ਨਾਲ ਹੀ ਸੌਖਾ ਰਹਿ ਜਾਂਦਾ ਜੀ। ਹਾਂ ਜਿਹੜੇ ਵੀਰ ਭਰਾ ਸਾਡੇ ਨਾਲ ਨਵੇਂ ਜੁੜੇ ਆ, ਉਹਨਾਂ ਨੂੰ ਇੱਕ ਵਾਰੀ ਲਾਹੌਰ ਦਰਬਾਰ ਦੀ ਪੇਂਟਿੰਗ ਵੱਲ ਮਾੜਾ ਝਾਕਾ ਮਰਵਾ ਦਈਏ। ਇਹ ਪੇਂਟਿੰਗ ਬਾਈ ਉਹਨਾਂ ਨੇ 2017 ਦੇ ਵਿੱਚ ਸ਼ੁਰੂ ਕਰਕੇ 2021 ਦੇ ਵਿੱਚ ਮੁਕੰਮਲ ਕੀਤੀ ਸੀ ਲਾਹੌਰ ਦਰਬਾਰ ਦੀ ਪੇਂਟਿੰਗ। ਅਤੇ ਜੇ ਕਿਸੇ ਨੇ ਇਹ ਪੇਂਟਿੰਗ ਚਾਹੀਦੀ ਵੀ ਹੋਵੇ ਤਾਂ sukhart@gmail.com 'ਤੇ ਬਾਈ ਉਹਨਾਂ ਨਾਲ ਸੰਪਰਕ ਕਰ ਸਕਦਾ। ਠੀਕ ਹੈ ਬਾਈ, ਠੀਕ ਹੈ ਜੀ। ਅਤੇ ਹਾਂ ਇੱਕ ਵਾਰੀ ਬਾਈ ਇਹ ਬਹੁਤ ਚੰਗੀ ਤਰ੍ਹਾਂ ਬਾਈ ਉਹਨਾਂ ਨੇ ਸਾਰੀ ਦੀ ਸਾਰੀ ਪੇਂਟਿੰਗ ਡਿਸਕ੍ਰਾਈਬ ਕੀਤੀ ਹੋਈ ਆ। ਅਤੇ ਪੇਂਟਿੰਗ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ, ਇੱਕ ਹੁੰਦੀ ਆ ਜਿਹੜਾ ਕੋਈ ਆਰਟਿਸਟ, ਮਤਲਬ ਮਾਈਕ ਦੂਰ ਆ ਹੈ ਨਾ ਤੁਹਾਡਾ, ਫੜਾ ਦਿਓ ਮੈਨੂੰ ਮਾੜਾ ਜਿਹਾ, ਆਵਾਜ਼ ਚੰਗੀ ਤਰ੍ਹਾਂ ਆਜੂ। ਪੇਂਟਿੰਗ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਵੀ, ਇੱਕ ਪੇਂਟਿੰਗ ਹੁੰਦੀ ਆ ਕੋਈ ਆਰਟਿਸਟ ਪੇਂਟਿੰਗ ਕਾਪੀ ਕਰਦਾ ਹੁੰਦਾ, ਕੋਈ ਚੀਜ਼ ਬਣੀ ਹੋਈ ਆ ਉਹਨੂੰ ਦੇਖ ਕੇ ਆਪਾਂ ਚੀਜ਼ ਬਣਾ ਲਈ, ਇੱਕ ਹੁੰਦੀ ਆ ਕਿਸੇ ਚੀਜ਼ ਨੂੰ ਇਤਿਹਾਸ ਨੂੰ ਪੜ੍ਹ ਕੇ ਉਹਨੂੰ ਬਣਾਉਣਾ। ਅਤੇ ਇਹ ਉਹੋ ਜਿਹੀ ਚੀਜ਼ ਆ ਲਾਹੌਰ ਦਰਬਾਰ ਵਾਲੀ ਪੇਂਟਿੰਗ, ਇਹਦੀ ਆਪਾਂ ਵੀਡੀਓ ਦਾ ਲਿੰਕ ਨਾਲ ਨੱਥੀ ਕਰਾਂਗੇ, ਤੁਸੀਂ ਉਹ ਵੀ ਦੇਖ ਸਕਦੇ ਹੋ। ਅਤੇ ਬਹੁਤ ਬਹੁਤ ਧੰਨਵਾਦ ਬਾਈ ਜੀ, ਤੁਹਾਡਾ ਸਮਾਂ ਦਿੱਤਾ ਸਾਨੂੰ ਮਿਲੇ, ਹੁਣ ਆਪਾਂ ਬਹਿੰਦੇ ਹਾਂ ਗੱਲਾਂ ਬਾਤਾਂ ਕਰਦੇ ਹਾਂ, ਠੀਕ ਹੈ।